This program is sponsored by Astro Tools, Harisar Engineering Company, Guru Machine Company, and Royal Circus. ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਫੀਕੋ ਵੱਲੋਂ ਬਿਸ਼ਪ ਸਾਈਕਲ ਇੰਡਸਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਾਈਕਲ ਉਦਯੋਗ ਦੇ ਭਵਿੱਖ ਬਾਰੇ ਸੈਮੀਨਾਰ ਕਰਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਿਸ਼ਪ ਸਾਈਕਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਇਰਹਾਰਡ ਬੁਸ਼ਹਿਲ ਸ਼ਾਮਿਲ ਹੋਏ ਸੈਮੀਨਾਰ ਦੌਰਾਨ ਬੁਸ਼ਹਿਲ ਨੇ ਉਦਯੋਗਪਤੀਆਂ ਨਾਲ ਭਵਿੱਖ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੁਨੀਆ 'ਚ ਬਹੁਤ ਤੇਜ਼ੀ ਨਾਲ ਬਦਲਾਅ ਆ ਰਿਹਾ ਜਿਸ ਕਾਰਨ ਸਾਈਕਲ ਉਦਯੋਗ ਵਿੱਚ ਵੀ ਬਹੁਤ ਤਬਦੀਲੀਆਂ ਆ ਰਹੀਆਂ ਹਨ ਇਹੀ ਕਾਰਨ ਹੈ ਕਿ ਬਦਲਾਵ ਤੋਂ ਬਿਨਾਂ ਹੁਣ ਵਿਸ਼ਵ ਪੱਧਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਉਦਮੀਆਂ ਨੂੰ ਹਾਈਬ੍ਰਿਡ ਸਾਈਕਲ ਦਾ ਨਿਰਮਾਣ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਗੁਰਮੀਤ ਸਿੰਘ ਕੁਲਾਰ ਸ਼੍ਰੀ ਕੇ ਕੇ ਸੇਠ ਓਂਕਾਰ ਸਿੰਘ ਪਾਵਾ ਮਨਜਿੰਦਰ ਸਿੰਘ ਸਚਦੇਵਾ ਹਰਜੀਤ ਸਿੰਘ ਸੌਂਦ ਨੇ ਬੁਸ਼ਹਿਲ ਦਾ ਇਸ ਸਮਾਗਮ ਵਿੱਚ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ Very happy that I have been invited today for the event of promoting the fair in India, and I am very confident that India will become a great step forward for the bicycle industry, and by improving the quality it will become a big player in the market of the bicycle world. My firm believing in after the meeting today, this has much more convinced me than before. Sir, India is China the comparison? Of course, if you compare China and India, I mean, China is still ahead, about India, because I mean, the development has become much earlier, right? But I think now the main thing is that in China already the thing with the quality, right, is already much more inside the people, the manufacturing people than here. But I think now also the seed has been laid, and I suppose that this will be growing very fast. So Delhi exhibition, the Indian bicycle. Pardon? Delhi major exhibition. The exhibition about Delhi. Yes, yes. For sure, the exhibition in Delhi will be a very big step, right, in order to show actually what India is capable, and I think with also a little bit help from the international community, then we can do this much faster. And I mean, we have shown in our joint venture. Between Manjinder and me, we have shown our joint venture that it is possible here to produce exactly that what we also produce in Germany in the same way. And I mean, this should be a good example for everybody here in India, in the bicycle world. Chair of Bicycle Industry, Mr. Bhushal, who is the president of World Bicycle Industries Association, which caters all the world. ਉਹ ਅੱਜ ਫਿਕੋ ਦੇ ਆਫਿਸ ਦੇ ਵਿੱਚ ਆਏ ਇੱਥੇ ਆ ਕੇ ਸਾਡੀ ਜਿਹੜੀ ਮੀਟਿੰਗ ਹੋਈ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਵਾ ਚੈਲੰਜਸ ਦਾ ਔਰ ਅਪਰਚੁਨਿਟੀਜ਼ ਦਾ ਅਤੇ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਾਈਕਲ ਬਣਾਉਣ ਵਾਲਾ ਦੇਸ਼ ਆ ਔਰ ਅਗਰ ਗੱਲ ਕਰੀਏ ਭਾਰਤ ਦੀ ਜਿਹੜੀ ਪੈਨੀਟ੍ਰੇਸ਼ਨ ਆ ਬਾਈਸਾਈਕਲਸ ਦੀ ਉਹ ਯੂਰਪ ਦੇ ਵਿੱਚ ਬਹੁਤ ਘੱਟ ਆ ਅਤੇ ਅਸੀਂ ਇੱਕ ਜੁਆਇੰਟ ਵੈਂਚਰ ਜਿਸ ਤਰ੍ਹਾਂ ਮਨਜਿੰਦਰ ਸਿੰਘ ਸਚਦੇਵਾ ਜੀ ਨੇ ਜੁਆਇੰਟ ਵੈਂਚਰ ਲਿਆਂਦਾ ਬਾਈਸਾਈਕਲ ਦੇ ਰਿਫਲੈਕਟਰਸ ਦਾ ਇਸ ਤਰ੍ਹਾਂ ਹੀ ਅਸੀਂ ਮਿਸਟਰ ਬੁਸ਼ਹਿਲ ਨੂੰ ਇੱਕ ਰਿਕੁਐਸਟ ਕੀਤੀ ਆ ਕਿ ਜਿਹੜੇ ਬਾਕੀ ਪਾਰਟਸ ਵੀ ਆ ਜਿਸ ਤਰ੍ਹਾਂ ਇੱਕ ਜਰਮਨ ਵੈਂਚਰ ਲੁਧਿਆਣੇ ਵਿੱਚ ਲੱਗਿਆ ਇਸ ਤਰ੍ਹਾਂ ਦੇ ਹੋਰ ਜੁਆਇੰਟ ਵੈਂਚਰਸ ਲੁਧਿਆਣੇ ਦੇ ਵਿੱਚ ਲੱਗਣ ਤਾਂ ਕਿ ਜਿਹੜੀ ਭਾਰਤ ਦੇ ਵਿੱਚ ਜਿਹੜਾ ਹਾਈ ਐਂਡ ਪ੍ਰੋਡਕਟ ਆ ਬਾਈਸਾਈਕਲ ਪਾਰਟਸ ਉਹ ਵਰਲਡ ਦੇ ਵਿੱਚ ਉਹਦੀ ਜਿਹੜੀ ਪੈਨੀਟ੍ਰੇਸ਼ਨ ਨੂੰ ਜਿੱਥੇ ਵਧਾਇਆ ਜਾਵੇ ਉੱਥੇ ਸਾਡੇ ਦੇਸ਼ ਦੀ ਇਕਨੋਮੀ ਜਿਹੜਾ ਹੈਗਾ ਵਾ ਇਕਨੋਮੀ ਨੂੰ ਅਸੀਂ ਫੋਰਨ ਐਕਸਚੇਂਜ ਸੇਵਿੰਗ ਕਰੀਏ ਉਸ ਦੇ ਜ਼ਰੀਏ ਅਸੀਂ ਅੱਜ ਇਹ ਜਿਹੜਾ ਸੈਮੀਨਾਰ ਰੱਖਿਆ ਸੀਗਾ ਦੀ ਫਿਊਚਰ ਆਫ ਬਾਈਸਾਈਕਲ ਇੰਡਸਟਰੀ ਜਿਹਦੇ ਵਿੱਚ ਮਿਸਟਰ ਐਡਹਰਡ ਬੁਸ਼ਹਿਲ ਨੇ ਸਾਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਯੂਰਪ ਦੇ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਕੇ ਇੱਥੋਂ ਦੇ ਪ੍ਰੋਡਕਟਸ ਨੂੰ ਉੱਥੇ ਲਿਜਾਇਆ ਜਾਏਗਾ ਔਰ ਜਿਹੜੀ ਸਾਡੀ ਸਭ ਤੋਂ ਵੱਡੀ ਐਗਜ਼ੀਬਿਸ਼ਨ ਲੱਗਦੀ ਆ ਜਿਹਨੂੰ ਅਸੀਂ ਬਾਈਕ ਯੂਰਪ ਕਹਿੰਦੇ ਔਰ ਯੂਰੋ ਬਾਈਕ ਕਹਿੰਦੇ ਹਾਂ ਉਸ ਐਗਜ਼ੀਬਿਸ਼ਨ ਦੇ ਵਿੱਚ ਸਾਡਾ ਇੰਡੀਆ ਦਾ ਕੋਈ ਵੀ ਸਟਾਲ ਨਹੀਂ ਹੁੰਦਾ ਅੱਜ ਅਸੀਂ ਇਹਨਾਂ ਨੂੰ
ਇੱਕ ਰਿਕੁਐਸਟ ਕੀਤੀ ਹੈ ਕਿ ਉਸ ਦੇ ਵਿੱਚ ਭਾਰਤ ਦੇ ਘੱਟੋ ਘੱਟ 25 ਸਟਾਲ ਉਸ ਐਗਜ਼ੀਬਿਸ਼ਨ ਦੇ ਵਿੱਚ ਲਗਾਏ ਜਾਣ ਤਾਂ ਕਿ ਜਿਹੜਾ ਜਦੋਂ ਇੰਡੀਆ ਦਾ ਪ੍ਰੋਡਕਟ ਵਰਲਡ ਕਲਾਸ ਲੈਵਲ ਦਾ ਉਸ ਐਗਜ਼ੀਬਿਸ਼ਨ ਦੇ ਵਿੱਚ ਦਿਖਾਈ ਦੇਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਤੋਂ ਜਿਹੜੀ ਐਕਸਪੋਰਟਸ ਜਿੱਥੇ ਬਹੁਤ ਵਧੇਗੀ ਉੱਥੇ ਸਾਡੇ ਦੇਸ਼ ਦੀ ਜਿਹੜੀ ਫੋਰਨ ਐਕਸਚੇਂਜ ਬਚੇਗੀ ਅਤੇ ਜਿਹੜਾ ਪ੍ਰੋਡਕਟ ਹਾਈ ਐਂਡ ਜਿਹੜਾ ਇੰਡੀਆ ਦੇ ਵਿੱਚ ਨਹੀਂ ਬਣਦਾ ਉਹ ਇੰਡੀਆ ਦੇ ਵਿੱਚ ਉਪਲਬਧ ਹੋਏਗਾ। ਚਾਈਨਾ ਨਾਲ ਕਿਸ ਤਰੀਕੇ ਨਾਲ ਕੰਪੈਰੀਜ਼ਨ ਕਰਦੇ ਹੋ ਕਿਉਂਕਿ ਦਿੱਲੀ ਦੇ ਵਿੱਚ ਤੁਸੀਂ ਫਸਟ ਟਾਈਮ 'ਚ ਕਹਿ ਰਹੇ ਲਗਾਉਣ ਜਾ ਰਹੇ ਹਾਂ ਪਰ ਚਾਈਨਾ ਦਾ ਜਿਹੜਾ ਮਾਲ ਆ ਉਸ ਨੂੰ ਕਿਸ ਤਰੀਕੇ ਨਾਲ ਦੇਖੋ ਜਿਹੜੇ ਪ੍ਰੋਡਕਟ ਸਾਡੇ ਇੰਡੀਆ ਦੇ ਵਿੱਚ ਨਹੀਂ ਬਣਦੇ ਉਹ ਬਾਹਰੋਂ ਆਉਣੇ ਚਾਹੀਦੇ ਆ ਜਦੋਂ ਆਉਣਗੇ ਤਾਂ ਹੀ ਇੰਡੀਆ ਦੇ ਵਿੱਚ ਡਿਵੈਲਪ ਹੋਣਗੇ। ਜਿਹੜੇ ਪ੍ਰੋਡਕਟ ਸਾਡੇ ਭਾਰਤ ਦੇ ਵਿੱਚ ਬਣਦੇ ਆ ਇੰਡੀਜੀਨੀਅਸ ਆ ਔਰ ਉਸ ਹਾਈ ਕੁਆਲਿਟੀ ਦੇ ਆ ਉਹਨਾਂ ਨੂੰ ਸਾਡੇ ਪ੍ਰੋਡਕਟਸ ਨੂੰ ਸਾਡੇ ਇੰਡੀਆ ਦੇ ਵਿੱਚ ਪ੍ਰੈਫਰੈਂਸ ਮਿਲਣੀ ਚਾਹੀਦੀ ਆ ਤਾਂ ਕਿ ਅਸੀਂ ਆਪਣੀ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਨੂੰ ਸਸਟੇਨੇਬਲ ਕਰ ਸਕੀਏ। ਅਦਰਵਾਈਜ਼ ਜਿਹੜਾ ਚਾਈਨਾ ਵਾ ਉਹ ਜਿਸ ਤਰ੍ਹਾਂ ਦੇ ਹਿਸਾਬ ਦੇ ਨਾਲ ਚੱਲ ਰਿਹਾ ਵਾ ਉਹ ਇੱਕ ਇੰਡੀਆ ਵਾਸਤੇ ਇਹ ਡੈਮਨਿਸ਼ਿੰਗ ਹੋਏਗਾ ਕਿ ਉਹ ਜਿਹੜੇ ਪ੍ਰੋਡਕਟ ਪਰ ਬਹੁਤ ਪ੍ਰੋਡਕਟ ਆ ਜਿਨ੍ਹਾਂ ਤੋਂ ਕਰਕੇ ਭਾਰਤ ਦਾ ਸਾਈਕਲ ਵੀ ਤਿਆਰ ਨਹੀਂ ਹੁੰਦਾ। ਜੇ ਸ਼ਿਮਾਨੋ ਦੇ ਗੇਅਰ ਬਾਕਸ ਦੀ ਗੱਲ ਕਰੀਏ ਡੀਰੇਲਰ ਦੀ ਗੱਲ ਕਰੀਏ ਅੱਜ ਇਹਨਾਂ ਚੀਜ਼ਾਂ ਤੋਂ ਬਗੈਰ ਭਾਰਤ ਦਾ ਸਾਈਕਲ ਨਹੀਂ ਮਿਲਦਾ ਹੈਗਾ ਉਸ ਕੁਆਲਿਟੀ ਸਟੈਂਡਰਡ ਦਾ ਨਹੀਂ ਮਿਲਦਾ ਅਤੇ ਜਦੋਂ ਉਹ ਕੁਆਲਿਟੀ ਸਟੈਂਡਰਡ ਦਾ ਸਾਡੇ ਭਾਰਤ ਵਿੱਚ ਬਣਨੇ ਸ਼ੁਰੂ ਹੋ ਜਾਣਗੇ ਤਾਂ ਨੈਚੁਰਲੀ ਜਿਹੜੀ ਇੰਪੋਰਟ ਘਟੇਗੀ ਔਰ ਐਕਸਪੋਰਟਸ ਵਧੇਗੀ ਔਰ ਫੋਰਨ ਚਾਈਨੀਜ਼ ਸਾਈਕਲਸ ਦੇ ਵਿੱਚ ਯੂਰਪੀਅਨ ਸਾਈਕਲਸ ਦੇ ਵਿੱਚ ਇੰਡੀਅਨ ਪ੍ਰੋਡਕਟ ਹੋਏਗਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼।